ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 8 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਵਿਸਥਾਰ, ਸੁਧਾਰ, ਰੈਗੂਲੇਸ਼ਨ, ਜਵਾਬਦੇਹੀ ਅਤੇ ਕ੍ਰਾਂਤੀ ਲਿਆਉਣ ਦੇ ਪੰਚ ਅੰਮ੍ਰਿਤ ਨਾਲ ਦੂਰ ਸੰਚਾਰ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੋ ਸਵਦੇਸ਼ੀ ਬੇੜਿਆਂ ਸੂਰਤ ਤੇ ਉਦੈਗਿਰੀ ਨੂੰ ਭਾਰਤੀ ਜਲ ਸੈਨਾ ਵਿੱਚ ਕੀਤਾ ਸ਼ਾਮਲ। ਭਾਰਤ ਨੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵੱਲੋਂ ਜੰਮੂ ਅਤੇ ਕਸ਼ਮੀਰ ਵਿੱਚ ਹੱਦਬੰਦੀ ਦੇ ਅਮਲ ਬਾਰੇ ਪਾਸ ਕੀਤੇ ਗਏ ਮਤੇ ਨੂੰ ਸਿਰੇ ਤੋਂ ਖਾਰਜ ਕੀਤਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਚੰਡੀਗੜ੍ਹ ਮੁੱਖ ਮੰਤਰੀ ਦੇ ਦਫ਼ਤਰ ਵੱਲ ਕੂਚ ਕਰਨ ਨੂੰ ਰੋਕਣ ਲਈ ਪੁਲਿਸ ਨੇ ਭਾਰੀ ਬੰਦੋਬਸਤ ਕੀਤਾ। ਕਿਸਾਨਾਂ ਨੇ YPS ਚੌਂਕ ਤੇ ਧਰਨਾ ਲਾਇਆ। ਪੰਜਾਬ ਵਿੱਚ ਮੂੰਗੀ ਹੇਠ ਰਕਬੇ ਵਿੱਚ ਵਾਧਾ। ਮਾਨਸਾ ਜ਼ਿਲ੍ਹਾ ਮੂੰਗੀ ਦੀ ਕਾਸ਼ਤ ਵਿੱਚ ਮੋਹਰੀ ਬਣਿਆ। ਅੱਜ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਵਿਜੇ ਸਿੰਗਲਾ ਨੇ ਸਿਵਲ ਸਕੱਤਰੇਤ 1 ਅਤੇ 2 ਵਿੱਚ ਆਰਮ ਇਨ BP ਅਪਰੇਟਸ ਦਾ ਉਦਘਾਟਨ ਕੀਤਾ। ਵਕਾਰੀ ਕਾਂਸ ਫਿਲਮ ਫੈਸਟੀਵਲ ਫਰਾਂਸ ਵਿੱਚ ਸ਼ੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ ਮਹੋਤਸਵ ਦੀ ਸ਼ਾਨਦਾਰ ਸਫਲਤਾ ਦੀ ਕਾਮਨਾ ਕਰਦਿਆਂ ਭਾਰਤ ਨੂੰ ਕੰਟਰੀ ਆਫ ਆਨਰ ਦਾ ਰੁਤਬਾ ਦਿੱਤੇ ਜਾਣ ਤੇ ਖੁਸ਼ੀ ਪ੍ਰਗਟਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਦੀ ਮੌਜੂਦਾ ਸਰਕਾਰ ਨੇ ਪਿਛਲੇ 8 ਵਰ੍ਹਿਆਂ ਵਿੱਚ ਵਿਸਥਾਰ, ਸੁਧਾਰ, ਰੈਗੂਲੇਸ਼ਨ, ਜਵਾਬਦੇਹੀ ਅਤੇ ਕ੍ਰਾਂਤੀ ਲਿਆਉਣ ਦੇ ਪੰਚ ਅੰਮ੍ਰਿਤ ਨਾਲ ਦੂਰ ਸੰਚਾਰ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਨਵੀਂ ਦਿੱਲੀ ਵਿੱਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਦੂਰ ਸੰਚਾਰ ਰੈਗੂਲੇਸ਼ਨ ਅਥਾਰਟੀ ਟਰਾਈ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਰ ਸੰਚਾਰ ਖੇਤਰ ਆਤਮ ਨਿਰਭਰਤਾ ਅਤੇ ਸਿਹਤਮੰਦ ਮੁਕਾਬਲੇ ਦਾ ਇੱਕ ਅਜਿਹਾ ਉਦਾਹਰਣ ਹੈ ਜਿਸ ਦਾ ਸਮਾਜ ਅਤੇ ਅਰਥ ਵਿਵਸਥਾ 'ਤੇ ਕਈ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਧੁਨਿਕਤਾ ਦੀ ਦਿਸ਼ਾ ਵਿੱਚ 5G ਟੈਕਨੋਲੋਜੀ ਸਟਾਰਟਅਪ ਉੱਦਮੀਆਂ ਲਈ ਆਪਣੇ ਉਤਪਾਦਾਂ ਨੂੰ ਵਿਕਸਿਤ ਕਰਨ ਅਤੇ ਪ੍ਰੀਖਣ ਕਰਨ ਦਾ ਇੱਕ ਵੱਡਾ ਮੌਕਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਹਰ ਪੱਧਰ 'ਤੇ ਸੰਪਰਕ ਵਿਵਸਥਾ ਨੂੰ ਆਧੁਨਿਕ ਬਣਾਉਣਾ ਹੋਵੇਗਾ। ਉਹਨਾਂ ਕਿਹਾ ਕਿ ਸੰਪਰਕ 21ਵੀਂ ਸਦੀ ਵਿੱਚ ਦੇਸ਼ ਦੀ ਵਿਕਾਸ ਦੀ ਗਤੀ ਤੈਅ ਕਰੇਗਾ ਅਤੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਹਨਾਂ ਕਿਹਾ ਕਿ 5G ਟੈਕਨੋਲੋਜੀ ਸ਼ਾਸਨ ਦੇ ਕੰਮ ਵਿੱਚ ਸੁਧਾਰ, ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਅਤੇ ਵਪਾਰ ਨੂੰ ਆਸਾਨ ਬਣਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 2G ਤੋਂ ਨਿਕਲ ਕੇ ਦੇਸ਼ ਤੇਜ਼ੀ ਨਾਲ 3G ਤੋਂ 4G ਦੇ ਦੌਰ ਵਿੱਚ ਆਇਆ ਅਤੇ ਹੁਣ 5G ਵੱਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ 6G ਵੱਲ ਵੀ ਜਾਵੇਗਾ। ਦੇਸ਼ ਕੇ ਯੁਵਾ ਸਾਥੀਓਂ ਕੋ ਰਿਸਰਚਰਸ और कंपनीज को आमंत्रित करता हूं कि उस टेस्टिंग फैसिलिटी का उपयोग 5G टेक्नोलॉजी के निर्माण के लिए करें। विशेष रूप से हमारे स्टार्टअप्स के लिए अपने प्रोडक्ट टेस्ट करने का ये बहुत बड़ा अवसर है। यही नहीं, 5GI के रूप में जो देश का अपना 5G स्टैंडर्ड बनाया गया है वो देश के लिए बहुत गर्व की बात है।
ਭਾਰਤ ਦੇ ਸਵਦੇਸ਼ੀ ਜੰਗੀ ਬੇੜੇ ਦੇ ਨਿਰਮਾਣ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜਿਆ ਜਦ ਭਾਰਤੀ ਜਲ ਸੈਨਾ ਦੇ ਦੋ ਫਰੰਟਲਾਈਨ ਜੰਗੀ ਬੇੜੇ ਸੂਰਤ ਪ੍ਰੋਜੈਕਟ 15B ਵਿਨਾਸ਼ਕਾਰੀ ਅਤੇ ਉਦੈਗਿਰੀ ਇੱਕ ਪ੍ਰੋਜੈਕਟ 17A ਫ੍ਰੀਗੇਟਸ ਅੱਜ ਮਜ਼ਗਾਓਂ ਡੌਕਸ ਲਿਮਿਟਿਡ ਮੁੰਬਈ ਵਿੱਚ ਇੱਕੋ ਸਮੇਂ ਲਾਂਚ ਕੀਤੇ ਗਏ। ਇਹਨਾਂ ਦੋਵੇਂ ਸਵਦੇਸ਼ੀ ਬੇੜਿਆਂ ਨੂੰ ਜਲ ਸੈਨਾ ਵਿੱਚ ਸ਼ਾਮਲ ਕਰਨ ਦੀ ਰਸਮ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਦਾ ਕੀਤੀ। ਜਹਾਜ਼ਾਂ ਦੀ ਪ੍ਰੋਜੈਕਟ 15B ਸ਼੍ਰੇਣੀ ਭਾਰਤੀ ਜਲ ਸੈਨਾ ਦੇ ਅਗਲੀ ਪੀੜ੍ਹੀ ਦੇ ਸਟੀਲਥ ਗਾਈਡਡ ਮਿਜ਼ਾਈਲ ਵਿਨਾਸ਼ਕ ਨੇ ਜੋ ਮਜ਼ਗਾਓਂ ਡੌਕਸ ਲਿਮਿਟਿਡ ਮੁੰਬਈ ਵਿੱਚ ਬਣਾਏ ਜਾ ਰਹੇ ਨੇ, ਜਦਕਿ ਸੂਰਤ ਪ੍ਰੋਜੈਕਟ 15B ਵਿਨਾਸ਼ਕਾਰੀ ਦਾ ਚੌਥਾ ਜਹਾਜ਼ ਏ ਜੋ E-15A ਦਾ ਵਿਨਾਸ਼ਕਾਰੀ ਦਾ ਇੱਕ ਮਹੱਤਵਪੂਰਨ ਮੇਕਓਵਰ ਏ, ਜਿਸ ਦਾ ਨਾਂ ਗੁਜਰਾਤ ਦੀ ਵਪਾਰਕ ਰਾਜਧਾਨੀ ਦੇ ਨਾਂ 'ਤੇ ਰੱਖਿਆ ਗਿਆ ਏ। ਆਂਧਰ ਪ੍ਰਦੇਸ਼ ਸੂਬੇ ਦੀ ਇੱਕ ਪਹਾੜੀ ਦੇ ਨਾਂ 'ਤੇ ਉਦੈਗਿਰੀ ਪ੍ਰੋਜੈਕਟ 17A ਫ੍ਰੀਗੇਟਸ ਦਾ ਤੀਜਾ ਜਹਾਜ਼ ਏ। ਇਸ ਪ੍ਰੋਜੈਕਟ ਵਿੱਚ ਪਹਿਲੀ ਵਾਰ ਸਵਦੇਸ਼ੀ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਵਿੱਚ ਵੱਖ ਵੱਖ ਨਵੀਆਂ ਧਾਰਨਾਵਾਂ ਅਤੇ ਤਕਨਾਲੋਜੀਆਂ ਜਿਵੇਂ ਏਕੀਕ੍ਰਿਤ ਉਸਾਰੀ, ਮੈਗਾ ਬਲਾਕ ਆਊਟਸੋਰਸਿੰਗ, ਪ੍ਰੋਜੈਕਟ ਡਾਟਾ ਪ੍ਰਬੰਧਨ ਅਤੇ ਪ੍ਰੋਜੈਕਟ ਲਾਈਫ ਸਾਈਕਲ ਪ੍ਰਬੰਧਨ ਨੂੰ ਸ਼ਾਮਲ ਕੀਤਾ ਗਿਆ ਏ। ਭਾਰਤ ਨੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵੱਲੋਂ ਜੰਮੂ ਅਤੇ ਕਸ਼ਮੀਰ ਵਿੱਚ ਹੱਦਬੰਦੀ ਦੇ ਅਮਲ ਬਾਰੇ ਪਾਸ ਕੀਤੇ ਗਏ ਮਤੇ ਨੂੰ ਸਿਰੇ ਤੋਂ ਖਾਰਜ ਕੀਤਾ ਏ। ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਖੇਤਰ ਅਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਅਤੇ ਜ਼ਬਰੀ ਕਬਜ਼ੇ ਵਾਲੇ ਖੇਤਰਾਂ ਦੇ ਮਾਮਲਿਆਂ 'ਤੇ ਕੋਈ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਏ। ਅਰਿੰਦਮ ਬਾਗਚੀ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦਾ ਸਮੁੱਚਾ ਖੇਤਰ ਭਾਰਤ ਦਾ ਅਨਿੱਖੜਵਾਂ ਅੰਗ ਏ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਅਫਸੋਸ ਜਤਾਇਆ ਕਿ ਪਾਕਿਸਤਾਨ ਦੀ ਲੀਡਰਸ਼ਿਪ ਆਪਣਾ ਘਰ ਸਹੀ ਕਰਨ ਦੀ ਬਜਾਏ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲ ਦੇ ਰਹੀ ਏ ਅਤੇ ਭਾਰਤ ਵਿਰੁੱਧ ਬੇਬੁਨਿਆਦ ਅਤੇ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਏ। ਬੁਲਾਰੇ ਨੇ ਪਾਕਿਸਤਾਨ ਨੂੰ ਤੁਰੰਤ ਸਰਹੱਦ ਪਾਰੋਂ ਭਾਰਤ ਵਿੱਚ ਅੱਤਵਾਦ ਫੈਲਾਉਣ ਤੋਂ ਬਾਜ਼ ਆਉਣ ਅਤੇ ਅੱਤਵਾਦ ਦਾ ਤਾਣਾ ਬਾਣਾ ਖਤਮ ਕਰਨ ਦੀ ਨਸੀਹਤ ਦਿੱਤੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਗ੍ਰਹਿ ਸਕੱਤਰ, ਸੂਚਨਾ ਬਿਊਰੋ ਦੇ ਨਿਦੇਸ਼ਕ, ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਅਤੇ ਕੇਂਦਰ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਗ੍ਰਹਿ ਮੰਤਰੀ ਨੇ ਸ੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਯਾਤਰੀਆਂ ਲਈ ਜ਼ਰੂਰੀ ਸਹੂਲਤਾਂ ਨੂੰ ਲੈ ਕੇ ਵੀ ਇੱਕ ਲੰਬੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਗ੍ਰਹਿ ਸਕੱਤਰ ਸਮੇਤ ਹੋਰ ਕਈ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਫਸਰਾਂ ਨੇ ਹਿੱਸਾ ਲਿਆ। ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਨੂੰ ਆਸਾਨੀ ਨਾਲ ਦਰਸ਼ਨ ਹੋ ਸਕਣ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ, ਇਹੀ ਮੋਦੀ ਸਰਕਾਰ ਦੀ ਤਰਜੀਹ ਏ। ਉਹਨਾਂ ਕਿਹਾ ਕਿ ਯਾਤਰੀਆਂ ਦੇ ਆਉਣ ਜਾਣ, ਠਹਿਰਨ, ਬਿਜਲੀ ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਸਹੂਲਤਾਂ ਦੀ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਭਾਰਤ ਸਰਕਾਰ ਵੱਲੋਂ ਚਲਾਏ ਗਏ ਡਿਜੀਟਲ ਪ੍ਰੋਗਰਾਮ ਅਤੇ ਸਵੈਨਿਧੀ ਯੋਜਨਾ ਨੇ ਛੋਟੇ ਮੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਇਆ ਏ। ਪ੍ਰਧਾਨ ਮੰਤਰੀ ਸਟਰੀਟ ਵੈਂਡਰ ਯੋਜਨਾ ਅਰਥਾਤ ਸਵੈਨਿਧੀ ਯੋਜਨਾ ਦਾ ਲਾਹਾ ਲੈ ਕੇ ਇਹ ਛੋਟੇ ਕਾਰੋਬਾਰੀ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ ਨੇ ਅਤੇ ਆਪਣੇ ਪਰਿਵਾਰ ਦਾ ਚੰਗੇ ਢੰਗ ਨਾਲ ਪਾਲਣ ਪੋਸ਼ਣ ਕਰ ਰਹੇ ਨੇ। ਫਰੀਦਕੋਟ ਵਿੱਚ ਅਜਿਹੀ ਲਾਭਪਾਤਰੀਆਂ ਦੀ ਮਦਦ ਲਈ ਅੱਜ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਈ ਗੈਲਰੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਬੈਂਕ ਦੇ MD ਅਤੇ CEO SM ਕ੍ਰਿਸ਼ਨਾ ਨੇ ਕੀਤਾ। ਇਸ ਮੌਕੇ ਭਾਰਤ ਸਰਕਾਰ ਦੀਆਂ ਸਕੀਮਾਂ ਤਹਿਤ ਮੁਦਰਾ ਅਤੇ ਸਟਰੀਟ ਵੈਂਡਰ ਯੋਜਨਾ ਦੇ ਲਾਭਪਾਤਰੀਆਂ ਨੂੰ ਚੈੱਕ ਵੀ ਵੰਡੇ ਗਏ। ਸਵੈਨਿਧੀ ਯੋਜਨਾ ਦੇ ਲਾਭਪਾਤਰੀਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਏ। ਲੋਨ ਲਿਆ 1 ਲੱਖ ਰੁਪਏ ਦਾ ਆਪਣਾ ਕੰਮ ਚਲਾਉਣ ਵਾਸਤੇ, ਅਤੇ ਮੈਂ ਪ੍ਰਧਾਨ ਮੰਤਰੀ ਅਤੇ ਪੰਜਾਬ ਐਂਡ ਸਿੰਧ ਦਾ ਬੈਂਕ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬੈਂਕ ਤੋਂ, ਪੰਜਾਬ ਸਰਕਾਰ ਬੈਂਕ ਤੋਂ 3 ਲੱਖ ਦੀ ਲਿਮਿਟ ਬਣਾਈ ਹੈ, ਮੈਂ ਮੋਦੀ ਜੀ ਦਾ ਬਹੁਤ ਧੰਨਵਾਦੀ ਹਾਂ। ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਵੱਖ ਵੱਖ ਫੈਸਲਿਆਂ ਵਿਰੁੱਧ ਮੋਰਚਾ ਲਾਉਣ ਲਈ ਚੰਡੀਗੜ੍ਹ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਏ। ਪੁਲਿਸ ਨੇ ਰਾਹ ਰੋਕਣ ਲਈ VIPS ਚੌਂਕ 'ਤੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਏ। ਕਿਸਾਨਾਂ ਨੇ ਮੋਹਾਲੀ ਪੁਲਿਸ ਦਾ ਪਹਿਲਾ ਬੈਰੀਕੇਟ ਤੋੜ ਕੇ ਅੱਗੇ ਲੰਘਣ ਦਾ ਯਤਨ ਕੀਤਾ, ਪਰ ਕਿਸਾਨਾਂ ਨੂੰ ਚੰਡੀਗੜ੍ਹ ਦੀ ਹੱਦ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
किसानों ने YPS चौंक के मुख्य सड़क नूं जाम करके धरना लगा दिता है। पक्का मोर्चा लगाने लई किसान अपने नाल ट्रालियां विच राशन भी लियाए ने। मोर्चा लाउण ते बजिद किसानों का कहना है कि पुलिस जिथे राह रोकेगी उत्थे ही वह धरने ते बैठ जाणगे। किसानों का अज मुख्यमंत्री नूं मंग पत्र देण लई चंडीगढ़ वल कूच करन दा प्रोग्राम सी। मुख्यमंत्री भगवंत मान किसानों नूं मिले बगैर ही नवीं दिल्ली लई रवाना हो गए। पंजाब सरकार वल्लों मूंगी की फसल MSP ते खरीदे जाण दा भरोसा दिते जाण तों बाद किसानां विच मूंगी की काश्त प्रति रुझान वधदा नज़र आ रहा है। मूंगी की खेती विच इस समय मानसा ज़िला सब तों अगे है। ज़िले के किसानां ने 25,000 एकड़ रकबे विच मूंगी की बिजाई करके होर ज़िलियां दे किसानां लई राह दसेरा की भूमिका निभाई है। जिक्र योग है कि कुल मिला के इस बार पंजाब विच मूंगी हेठ रकबा दुगणा होया है। सूबे भर में 97,250 एकड़ रकबे विचों 25% रकबा मानसा ज़िले का है। मानसा ज़िले के मुख्य खेतीबाड़ी अफसर डॉक्टर मनजीत सिंह ने प्रसार भारती के नुमाइंदे राजेश गुप्ता नाल गलबात दौरान कहा कि किसानों नूं खेती विभाग वालों पानी अते बिजली की बचत लई मूंगी की खेती करन लई प्रेरित किया गया। इस बार मानसा ज़िले में 10,000 हैक्टेयर जां कह लईए वी 25,000 एकड़ रकबे च मूंगी की काश्त की है, जिहड़ी कि समुचे पंजाब दा स्टेट का 25% हिस्सा बनती है। असीं किसानां दा बहुत तहे दिलों धन्नवाद करते हैं जिन्होंने साडी अपील नूं मनदे होए समर मूंगफली एरिया लिंदा। मानसा जिले के किसान शगनदीप सिंह, नाजम सिंह, गुरचेत सिंह अते सतवीर सिंह ने कहा कि घट्टो घट समर्थन मुल ते भरोसे ते ही उन्होंने वड्डे पद्धर ते मूंगी की बिजाई की है अते ए फसल किसानों लई बहुत लाहेवंद है क्योंकि इस नाल जिथे पानी की बचत होंदी है उत्थे झोने ते आउण वाला खर्चा भी निकल जांदा है। कि मूंगी की बिजाई वध गई क्योंकि पानी की बचत होंदी है, दूजा एक फसली चक्कर चो किसान निकलता गा आमदन दे विच भी वाधा हुंदा गा। इस करके सद्दा सिंह वाले विच बहुत ही ज़्यादा इतकी जिहड़ी मूंगी की काश्त होई हैगी। पहला सी झोना ते कणक, यह दो फसली चक्करां दे विच पए होए सी। तीजा फसली चक्कर मूंगी है, मूंगी मूंगी करके लोगों का जिहड़ा रुझान है वह इस करके भी वाधा भी ये नाल 2 महीने की फसल है तो जिहड़ा झोने दे आउण वाला खर्चा वह भी ये नाल पूरा हो जाता है। पंजाब च सब तो ज़्यादा मानसा दे विच जिहड़ी मूंगी की बिजाई हुई है जिहदे करके लोगों के आर्थिक पद्धर च भी ज़्यादा विकास होगा। जिहड़ा मूंगी की फसल है ना जी, एक लाहेवंद धंधा भी है तो नाल नाल पानी की बचत भी है। जिवें हुण साडा मन लो गल भी अगली फसल का खर्चा है जीरी का, यह मूंगी कढ सकती है जी, जो मूंगी चंगी लग गई ये कढ सकती है। बाकी पानी की बचत भी है जी नाल नाल। बाकी सरकार ने कहा भी असीं MSP देवांगे जी मूंगी ते, उस तो वधिया जी अगे वास्ते किसानी का रुझान इधर वध वधूगा जी। सब तो वड्डी गल तो यह है भी सरकार ने आख्या भी इतकी भाई पानी बचाउणा मूंगी बीजो सानू MSP देवांगे और वो गौरमेंट ने ऐलान कर भी दिता और इस करके साडे इलाके च बहुत मूंगी बीजी है। पहला इत्थे 44 लगती होंगी तकरीबन आह इलाका है जिहड़ा तुसीं देख रहे होंगे, ऐतकी तकरीबन मूंगी बीजी इत्थे ते उहदे विच इह चीज़ एक तां सानू इहदा जे मूंगी वधिया हुंदी है तां साडा खर्चा पूरा होजूगा। अज पंजाब समेत भारत के वख-वख हिस्सों विच विश्व हाइपरटेंशन दिवस मनाया गया। इस मौके चंडीगढ़ स्थित पंजाब सिविल सकत्रेत एक विखे स्थित आयुर्वेदिक डिस्पेंसरी विच सूबे दे सेहत ते परिवार भलाई मंत्री डॉक्टर विजय सिंगला ने आर्म इन BP अपरेटस का उद्घाटन किया। डॉक्टर सिंगला ने दसिया कि पंजाब सरकार ने सारे जिला हस्पतालां अते सब डिवीजनल हस्पतालां विच अजिहियां नवीनतम आर्म इन BP अपरेटस मशीनां स्थापित कीतियां ने। इसे लड़ी तहत सरकार ने अज पंजाब सिविल सकत्रेत 1 अते 2 अते डायरैक्टोरेट पंजाब सेहत ते परिवार भलाई विभाग विखे ये मशीनां स्थापित कीतियां गईयां तां जो मुलाजमां नूं भी नवीनतम तकनीकां नाल ब्लड प्रैशर चैक कराउण दी सुविधा उपलब्ध हो सके। इस मौके सेहत ते परिवार भलाई दे डायरैक्टर डॉक्टर GV सिंह, गुरु रविदास आयुर्वेदिक यूनिवर्सिटी के रजिस्ट्रार डॉक्टर संजीव गोयल, डायरैक्टर आयुर्वेदिक पंजाब डॉक्टर शशि भूषण तो इलावा सेहत विभाग के जिला पदरी अधिकारी भी मौजूद सन। विश्व संवाद केंद्र मोहाली वालों अज खरड़ विच नारद जयंती मौके पत्रकारी ते एक सैमीनार करवाया गया।
जिस दौरान पत्रकारों को अजोके समय में दरपेश चुनौतियों पर चर्चा की गई। सैमीनार में शामिल बुलारिया ने नारद मुनि जी वल्लों उस समय पत्रकारिता में वधिया काम करने बारे चर्चा की। सैमीनार में संवाद केंद्र मोहाली के कन्वीनर राजेश शर्मा, नैशनल यूनियन ऑफ जर्नलिस्ट के सबका प्रधान अशोक मलिक, आकाशवाणी चंडीगढ़ के खेतरी समाचार इकाई के मुखी अश्विनी शर्मा ने उचेचे तौर पर शिरकत की। अशोक मलिक ने पत्रकारों को अपील की कि वह नारद मुनि जी की तरह काम करके निजी हितों की बजाय जनतक हितों को ध्यान में रख के पत्रकारिता करन। उन्हें पेड न्यूज़ खबरां लाने के दबाव, लालच और पत्रकारों की खरीदो फरोख्त वर्गियां मौजूदा समय दी चुनौतियों बारे विस्थारपूर्वक चर्चा की। अशोक मलिक ने पत्रकारों की वित्तीय सुरक्षा और उजरत वोट दिया सिफारशा ना लागू करने भारत के कई समाचार पत्रों के प्रबंधकों की आलोचना की। इस सैमीनार नूं प्रोफेसर मीरा गौतम, पत्रकार ब्रिज महाजन, प्रोफेसर फकीर मोहन तो इलावा समाज सेवक और भाजपा आगू सुखविंदर सिंह गोल्डी ने भी संबोधन किया। वकारी कांस फिल्म फैसटिवल अज तो फ्रांस में शुरू हो गया है, जो 28 मई तक चलेगा। 75वें कांस फिल्म फैसटिवल के रैड कारपेट प्रोग्राम भारतीय वफद मंडल में सूचना के प्रसारण मंत्री अनुराग ठाकुर समेत संगीतकार ए आर रहमान, नवाजुद्दीन सदीकी तो इलावा अनेका फिल्मी हस्तियां शामिल हो रही ने। कांस फिल्म उत्सव में भारत को सम्मानित देश का दर्जा दिता गया है। ये पहली बार है जब किसी देश को इस तरह का सम्मान दिता गया है। ये सम्मान अजिहे समय दिता गया है जब भारत अपनी आज़ादी का अमृत महोत्सव मना रहा है। भारत नूं गोज टू कांस सैक्शन विच 5 चुनिंदा फिल्मां नूं प्रदर्शित करन दा मौका दिता गया है। प्रधानमंत्री नरेंद्र मोदी ने कांस फिल्म फैसटिवल की शानदार सफलता की कामना की है। अपने सुनेहे विच उन्हां कहा कि उन्हां नूं इस बार कंट्री ऑफ आनर का रुतबा दिते जाण ते खुशी हुई है। प्रधानमंत्री ने कहा कि 75वां कांस फिल्म फैसटिवल फ्रांस अते भारत दे 75 सालां दे कूटनीतिक संबंधां अते भारत दी आज़ादी दे 75 सालां संबंधी आज़ादी का अमृत महाउत्सव जश्ना दरमियान मनाया जा रहा है। इस दे नाल ही खबरां दा ये बुलेटिन खत्म हुंदा है। मैं मास्क लगा के स्टूडियो तो बाहर जा रहा हाँ, तुसी भी जदों बाहर जाओ तो मास्क जरूर लगाओ। इजाजत दिओ, नमस्कार।